ਮੇਰੀ ਤਾਂ ਜਿਸ ਕੱਲ੍ਹ ਦਾ ਐਂ ਲੱਗਦਾ ਸੀ ਜਿਵੇਂ ਦੁਬਾਰੇ 29 ਤਰੀਕ ਆ ਗਈ ਹੁੰਦੀ ਹੈ, ਜਿਸ ਦਿਨ ਸ਼ੁਭਦੀਪ ਗਿਆ ਸੀ ਜਿੰਨਾ ਦੁੱਖ ਉਹਦੇ ਗਿਆ ਸੀ ਉਨਾ ਕੱਲ੍ਹ ਹੋਇਆ, ਵੀ ਕਿੱਡਾ ਗੈਰ ਜ਼ਿੰਮੇਦਾਰੀ ਵਾਲਾ ਕੰਮ ਕੀਤਾ ਉਸ ਬੰਦੇ ਨੇ। ਅਤੇ ਅਸੀਂ ਤਾਂ ਹੁਣ ਇਹੀ ਕਹਿੰਦੇ ਹਾਂ ਕਿ ਵੀ ਇਹਨੂੰ ਇਹਦੀ ਜਿਹੜੀ ਕੁਛ ਪੜਤਾਲ ਹੈ ਇਹਦੀ ਕਿਸੇ ਹੋਰ ਸਟੇਸ਼ਨ ਪੁਲਿਸ ਸਟੇਸ਼ਨ ਤੋਂ ਹੋਵੇ, ਸਾਨੂੰ ਇੱਥੇ ਦੀ ਪੁਲਿਸ 'ਤੇ ਪੂਰਾ ਯਕੀਨ ਨਹੀਂ ਹੈਗਾ। ਕਾਰਨ ਕੀ ਆ, ਕਿਉਂ ਨਹੀਂ ਯਕੀਨ ਹੈ ਜਿਹੜਾ ਰਿਹਾ ਜੀ ਪੁਲਿਸ ਦੇ ਉੱਪਰ? 4 ਮਹੀਨੇ ਹੋ ਗਏ ਰਾਜੇ, ਕੋਈ ਆਊਟਪੁੱਟ ਸਾਨੂੰ ਕੋਈ ਵਧੀਆ ਨਹੀਂ ਮਿਲੀ ਹੈਗੀ। ਅਤੇ DGP ਸਾਹਿਬ ਨੇ ਵਿਚਾਰੇ, ਉਹਨਾਂ ਦੇ ਫੈਸਲੇ ਨਾਲ ਅਸੀਂ ਕੱਲ੍ਹ ਵੀ ਖੜ੍ਹੇ ਸੀ, ਅੱਜ ਵੀ ਖੜ੍ਹੇ, ਉਹਨਾਂ ਨੇ ਜਿਹੜਾ ਫੈਸਲਾ ਲਿੱਤਾ ਤੁਰੰਤ ਸਾਨੂੰ ਉਹਨਾਂ ਤੋਂ ਉਮੀਦਾਂ ਨੇ, ਹੋਰ ਵੀ ਉਮੀਦਾਂ ਨੇ ਵੀ ਸਾਨੂੰ ਕੋਈ ਉਹ ਵਧੀਆ ਹੀ ਉਹ ਦੇਣਗੇ, ਰਿਸਪੋਂਸ ਮਿਲੂਗਾ ਸਾਨੂੰ ਇਹਦੇ ਵਿੱਚੋਂ। ਅਤੇ ਪਰ ਸਾਨੂੰ ਇਹ ਆ ਵੀ ਇਹਨੂੰ ਇੱਥੇ ਨਾ ਪੁੱਛਿਆ ਗਿੱਛਿਆ ਜਾਵੇ, ਇਹਨੂੰ ਕਿਤੇ ਹੋਰ ਕਿਸੇ ਸਟੇਸ਼ਨ 'ਤੇ ਲਿਜਾ ਕੇ ਇਹਦੀ ਚੰਗੀ ਤਰ੍ਹਾਂ ਪੁੱਛ ਗਿੱਛ ਹੋ ਜਾਵੇ, ਤਾਂ ਕਿ ਹੋਰ ਖੁਲਾਸੇ ਵੀ ਹੋ ਸਕਣਗੇ, ਹੋਰ ਵੀ ਜਿਹੜੇ ਲੁਕੇ ਹੋਏ ਇਨਸਾਨ ਨੇ ਅੱਗੇ ਆਉਣਗੇ। ਜਿਸ ਤਰ੍ਹਾਂ ਹਰ ਵਾਰ ਜਿਹੜਾ ਪਰਿਵਾਰ ਵੱਲੋਂ ਸਵਾਲ ਉਠਾਏ ਜਾਂਦੇ ਸੀ ਕਿ ਇੰਨੀ ਹਾਈ ਸਕਿਉਰਿਟੀ ਦਿੱਤੀ ਜਾ ਰਹੀ ਹੈ ਜਾਂ ਹੋਰ ਆ, ਪਰ ਉਹ ਸਕਿਉਰਿਟੀ ਹੁਣ ਕਿੱਥੇ ਗਈ ਜਦੋਂ ਆਰਾਮ ਨਾਲ ਬੰਦ ਭੱਜਦਾ ਇੱਥੋਂ? ਪ੍ਰਿਤਪਾਲ ਸਿੰਘ ਨੂੰ ਤਾਂ ਕੱਲ੍ਹ ਬੜੀ ਸਕਿਉਰਿਟੀ ਨਾਲ ਅਤੇ ਬੜੀ ਠਾਠ-ਬਾਠ ਨਾਲ ਜਾ ਰਿਹਾ ਸੀ, ਜਿਵੇਂ ਉਹ ਕੋਈ ਚੰਗਾ ਨੇਕ ਕੰਮ ਕਰਕੇ ਆਇਆ ਹੁੰਦਾ। ਐਡਾ ਗੰਦਾ ਘਨਿਆਉਣਾ ਕੰਮ ਕਰਕੇ ਅਤੇ ਉਹ ਬੰਦਾ ਕੱਲ੍ਹ ਹੱਸਦਾ ਨਿਕਲਿਆ ਅਤੇ ਉਹਦੇ ਕੋਈ ਹੱਥਕੜੀ ਨਹੀਂ ਲੱਗੀ, ਸਾਨੂੰ ਇਹ ਵੀ ਗਿਲਾ ਵੀ ਕੀ ਗੱਲ, ਉਹਨੂੰ ਮੁਲਜ਼ਮਾਂ ਦੀ ਤਰ੍ਹਾਂ ਕਿਉਂ ਨਹੀਂ ਲਿਜਾਇਆ ਗਿਆ? ਉਹਨੂੰ ਇੱਕ ਮਤਲਬ ਜਿਵੇਂ ਆਪਣੇ ਕੋਈ ਆਇਆ ਹੁੰਦਾ ਪ੍ਰਾਹੁਣਚਾਰੀ ਆਇਆ ਹੁੰਦਾ ਕੋਈ, ਉਹਨੂੰ ਇਸ ਤਰ੍ਹਾਂ ਉਹ ਨਿਕਲ ਕੇ ਆਇਆ, ਉਹ ਤਾਂ ਐਂ ਲੱਗਦਾ ਸੀਗਾ ਜਿਵੇਂ ਪੈਲਸ 'ਚੋਂ ਨਿਕਲ ਕੇ ਆਇਆ ਹੁੰਦਾ, ਉਹ ਤਾਂ ਟੌਰ ਨਾਲ ਆਉਂਦਾ ਸੀ, ਹੱਸਦਾ ਆਉਂਦਾ ਸੀ, ਜਿਵੇਂ ਕੋਈ ਉਹਨੇ ਕੋਈ ਕੋਈ ਚੰਗੀ ਕੋਈ ਤਗਮਾ ਜਿੱਤ ਕੇ ਆਇਆ ਹੁੰਦਾ, ਉਹਨੂੰ ਤਾਂ ਆਪਦੇ ਕੀਤੇ ਹੋਏ ਅਤੇ ਭੋਰਾ ਨਾਲ ਰਸ਼ਾ ਵੀ ਹੈ ਨਹੀਂ, ਇਸ ਗੱਲ ਦੀ ਤਕਲੀਫ ਹੈ ਸਾਨੂੰ। ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਮਤਲਬ ਅਫੀਸ਼ੀਅਲ ਜਾਣਕਾਰੀ ਇਹ ਪੁਸ਼ਟੀ ਨਹੀਂ ਕਰਦਾ ਵੀ ਕਿੱਥੋਂ ਭੱਜਿਆ, ਕਿਉਂ ਦੇਰੀ ਹੋ ਰਹੀ ਹੈ ਇਸ ਚੀਜ਼ ਨੂੰ ਲੈ ਕੇ? ਉਹ ਤਾਂ ਦੇਖੋ ਜਦੋਂ ਸਾਨੂੰ ਕੋਈ ਆਊਟਪੁੱਟ ਮਿਲੂਗੀ ਜਦੋਂ ਤੁਹਾਨੂੰ ਫਿਰ ਦੱਸ ਦਾਂਗੇ, ਪਰ ਅਸੀਂ ਤੁਹਾਡੇ ਸੂਤਰਾਂ ਤੋਂ ਸਾਨੂੰ ਪਤਾ ਲੱਗਦਾ ਵੀ ਉਹ ਸਰਕਾਰੀ ਰਹਿਸ਼ ਤੋਂ ਭੱਜਿਆ, ਸਾਨੂੰ ਤਾਂ ਐਵੇਂ ਨਹੀਂ ਪਤਾ ਸੀ, ਪਰ ਜੋ ਕੁਛ ਇਹ 2-3 ਦਿਨਾਂ ਦਾ ਲਗਾਤਾਰ ਦਾ ਹੋ ਰਿਹਾ ਸੀ ਅਤੇ ਪ੍ਰਸ਼ਾਸਨ ਸੁੱਤਾ ਪਿਆ ਸੀ, ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਵੀ ਕੀ ਕਹੋਗੇ ਜਿਸ ਤਰ੍ਹਾਂ ਲਗਾਤਾਰ ਪਹਿਲਾਂ ਪਲਾਣੇ ਕਿ ਮਨੀ ਸਿੱਧੂ ਦੇ ਉੱਪਰ ਹਮਲੇ ਦੀ, ਉਸ ਤੋਂ ਬਾਅਦ ਵੀ ਕੀ ਜਿਹੜੇ ਮੁਲਜ਼ਮ ਸੀ ਮੋਬਾਈਲ ਪ੍ਰੋਵਾਈਡ ਹੋਏ ਜਾਂ ਹੋਰ ਹੋਏ, ਕਿਵੇਂ ਦੇਖਦੇ ਨੇ? ਮੋਬਾਈਲ ਤਾਂ ਇਹਦੇ ਕੋਲ ਵੀ ਸੀਗਾ ਪਹਿਲਾਂ, ਉਹਨਾਂ ਕੋਲ ਜਿਹੜੇ ਸ਼ੁਭਦੀਪ ਦੇ ਕਤਲ ਦੇ ਕੇਸ ਵਿੱਚ ਸੀਗੇ ਤਰਨ ਗੋਇੰਦਵਾਲ ਸਾਹਿਬ, ਉਹਨਾਂ ਤੋਂ ਵੀ ਮੋਬਾਈਲ ਮਿਲੇ ਨੇ। ਇਸ ਕਰਕੇ ਸਾਡਾ ਹੁਣ ਜਿਹੜਾ ਮਤਲਬ ਦਿਲ ਹੈ ਸਾਡਾ ਬਲੁੰਦਰਿਆ ਗਿਆ ਵੀ ਇਹਨਾਂ ਦੀਆਂ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲੀ ਜਾਂਦੀਆਂ ਨੇ ਅਤੇ ਇਹਨਾਂ ਨੂੰ ਕੋਈ ਲੋੜ ਹੈ ਉਹ ਕਰਨ ਦੀ? ਸਾਨੂੰ ਨਹੀਂ ਪਤਾ, ਸਾਨੂੰ ਪਹਿਲਾਂ ਲੱਗਦਾ ਤਾਂ ਸ਼ੱਕ ਤਾਂ ਸੀਗਾ, ਪਰ ਹੁਣ ਜਿਹੜਾ ਸ਼ੱਕ ਆ ਉਹ ਯਕੀਨ 'ਚ ਬਦਲ ਗਿਆ, ਸਾਨੂੰ ਲੱਗਦਾ ਵੀ ਕੋਈ ਇਹਦੇ ਪਿੱਛੇ ਕੋਈ ਵੱਡਾ ਕਾਰਨ ਹੈਗਾ ਵੀ ਜੇ ਕੋਈ ਇਹ ਇਹਨਾਂ ਨੂੰ ਪ੍ਰਾਹੁਣਚਾਰੀ ਦੀ ਤਰ੍ਹਾਂ ਇੱਥੇ ਰੱਖ ਰਹੇ ਨੇ। ਸਰਕਾਰ ਦੇ ਮੰਤਰੀ ਤੋਂ ਮੀਡੀਆ ਨੇ ਸਵਾਲ ਪੁੱਛਿਆ ਸੀ ਵੀ ਇਹ ਘਟਨਾ ਵਾਪਰੀ, ਉਹ ਕਹਿੰਦੇ ਕੋਈ ਵੱਡੀ ਗੱਲ ਨਹੀਂ, ਪਹਿਲਾਂ ਵੀ ਹੁੰਦਾ ਰਹਿੰਦਾ ਹੈ ਕਿ? ਉਹ ਤਾਂ ਰਾਜੇ ਜਿਹਦੇ ਪੁੱਤਰ ਜਿਹਦਾ ਪੁੱਤ ਜਾਂਦਾ ਘਰੋਂ ਉਹਨੂੰ ਪਤਾ ਲੱਗਦਾ, ਜਿੱਦੇ ਇਹਨਾਂ ਦਾ ਗਿਆ ਉਹਦੇ ਪੁੱਛੂਗੀ। ਫਿਰ ਲਾਈਫ ਸਟਾਈਲ ਬਾਰੇ ਵੀ ਤੁਸੀਂ ਕੱਲ੍ਹ ਮੰਤਰੀ ਸਾਹਿਬ ਨੂੰ ਕਿਹਾ ਸੀਗਾ ਵੀ ਉਹ ਇਸ ਤਰ੍ਹਾਂ ਜਾਂਦੇ ਸੀ, ਕਹਿੰਦਾ ਲਾਈਫ ਸਟਾਈਲ ਹੈ, ਲਾਈਫ ਸਟਾਈਲ ਸਾਨੂੰ ਤਾਂ ਨਹੀਂ ਲੱਗਦਾ, ਇਹਨਾਂ ਨੂੰ ਲੱਗਦਾ ਹੋਊ, ਪਰ ਜਿੱਦੇ ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਗਿਆ ਜਾਂ ਇਹਨਾਂ ਦਾ ਕੋਈ ਬੱਚਾ ਗਿਆ, ਫਿਰ ਲਾਈਫ ਸਟਾਈਲ ਕਹਿਣਗੇ, ਫਿਰ ਮੈਂ ਮੰਨੂਗੀ ਵੀ ਹਾਂ ਜਿਹੜੇ ਬਿਆਨ 'ਤੇ ਉਦੇ ਖੜੇ ਸੀ ਮੰਤਰੀ ਸਾਹਿਬ, ਅੱਜ ਵੀ ਉਸੇ ਬਿਆਨ 'ਤੇ ਖੜੇ ਨੇ। ਜਿੱਦਣ ਦਾ ਦੀਪਕ ਟੀਨ ਨੂੰ ਭੱਜਿਆ ਜੀ ਪੁਲਿਸ ਜਾਂ ਕਿਸੇ ਸਰਕਾਰ ਲੈਵਲ ਦੇ ਕਿਸੇ ਬੰਦੇ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਵੀ ਕੀ ਹੋਇਆ, ਅਸਲੀਅਤ ਬਾਰੇ ਕੋਈ ਜਾਣੂ ਕਰਵਾਇਆ ਕਿਸੇ? ਸਾਡੇ ਨਾਲ ਕੁਛ ਨਹੀਂ ਹੋਇਆ, ਉਹ ਕੁਲਵੰਤ ਜੀ ਕਹਿੰਦੇ ਨੇ, ਮੰਤਰੀ ਸਾਹਿਬ ਕਹਿੰਦੇ ਵੀ ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਅਤੇ ਉਸ ਨੂੰ ਉਹਨਾਂ ਦੇ ਇਹ ਬਚਕਾਨੇ ਜਿਹੜੇ ਉਹ ਦਿੰਦੇ ਹੈਗੇ ਬਿਆਨ ਦਿੰਦੇ ਆ, ਉਹ ਸਾਨੂੰ ਉਸ ਨਾਲ ਸਾਨੂੰ ਬਹੁਤ ਨਿਰਾਸ਼ਤਾ ਹੁੰਦੀ ਹੈ। ਕੋਈ ਉੱਚ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ, ਉਹਨਾਂ ਨੇ ਕੋਈ ਭਰੋਸਾ ਕੀ ਕੋਈ ਗੱਲ ਹੋਈ ਆ? ਕੋਈ ਭਰੋਸਾ ਦੇ ਰਹੇ ਨੇ ਵੀ ਸਾਨੂੰ ਹਜੇ ਆਸ ਹੈਗੀ DGP ਸਾਹਿਬ ਤੋਂ, IG ਸਾਹਿਬ ਤੋਂ ਵੀ ਸਾਨੂੰ ਉਹ ਇਨਸਾਫ ਦਿਵਾਉਣਗੇ। ਅਤੇ ਜਾਂਚ ਨੂੰ ਲੈ ਕੇ ਕੀ ਕਹੋਗੇ, 4 ਮਹੀਨੇ ਤੋਂ ਜਾਂਚ ਜਿਹੜਾ ਪ੍ਰਿਤਪਾਲ ਹੀ ਕਰ ਰਿਹਾ ਸੀਗਾ, ਉਹ ਜਾਂਚ ਸ਼ੱਕ ਦੇ ਘੇਰੇ 'ਚ ਆ ਗਈ ਨਾ ਰਾਜੀ, ਵੀ ਸਾਨੂੰ ਹੁਣ ਯਕੀਨ ਹੀ ਨਹੀਂ ਰਿਹਾ। ਜਿਹਤੋਂ ਅਸੀਂ ਆਸ ਰੱਖ ਰਹੇ ਸੀਗੇ ਵੀ ਇਹ ਸਾਡੇ ਵਾਸਤੇ ਕੁਛ ਕਰਕੇ ਦੇਊਗਾ, ਅਤੇ ਉਹਨੇ ਤਾਂ ਸਾਡੀ ਪਿੱਠ 'ਚ ਛੁਰਾ ਘੋਪਿਆ ਐਡਾ ਵੱਡਾ ਘਨਾਉਣੀ ਹਰਕਤ ਕਰਕੇ, ਅਸੀਂ ਉਹ ਤੋਂ ਕੀ ਇਹਨਾਂ ਤੋਂ ਕੀ ਇਨਸਾਫ ਦੀ ਮੰਗ ਲੈ ਕਰ ਸਕਦੇ ਹਾਂ? ਕੀ ਉਸ ਜਾਂਚ ਦੇ ਸੰਤੁਸ਼ਟੀ ਰੱਖੋਗੇ ਜਾਂ ਹੋਰ ਜਾਂਚ ਦੁਬਾਰਾ ਇਸ ਮਾਮਲੇ ਦੀ ਕਰਵਾਉਣਾ ਚਾਹੁੰਦੇ ਹੋ? ਉਹ ਤਾਂ ਇਹਨਾਂ ਨੇ ਦੱਸਿਆ ਹੀ ਹੈ ਵੀ ਅਸੀਂ ਦੁਬਾਰਾ। ਠੀਕ ਹੈ, ਟ੍ਰੀਟਮੈਂਟ ਨੂੰ ਲੈ ਕੇ ਕੀ ਕਹੋਗੇ ਜਿਹੜੀ ਸਰਕਾਰ ਜਿੱਥੇ ਗੈਂਗਸਟਰ ਜਿਹੜੇ ਆ ਵੱਡੇ ਵੱਡੇ ਅਪਰਾਧ ਕਰਦੇ ਨੇ, ਦੂਸਰੇ ਪਾਸੇ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਪ੍ਰੋਵਾਈਡ ਕਰਵਾ ਰਹੀ ਹੈ ਸਰਕਾਰ, ਕੀ ਕਹੋ? ਸਾਨੂੰ ਤਾਂ ਜਿਸ ਤਾਂ ਚਾਰ ਮਹੀਨੇ ਦੇ ਹੀ ਪਿੱਟੀ ਜਾਂਦੇ ਵੀ ਜੇ ਇਹਨਾਂ ਨੂੰ ਇੱਦਾਂ ਦੀ ਤੁਸੀਂ ਟ੍ਰੀਟਮੈਂਟ ਦਿੰਦੇ ਰਹੇ ਤਾਂ ਫਿਰ ਕ੍ਰਾਈਮ ਘਟਦਾ ਨਹੀਂ ਹੈਗਾ, ਵਧੂਗਾ। ਜੇ ਇਹਨਾਂ ਨੂੰ ਸਹੂਲਤਾਂ ਐਵੇਂ ਮਿਲਦੀਆਂ ਰਹੀਆਂ, ਫਿਰ ਘਰ 'ਤੇ ਜੇਲ੍ਹ 'ਚ ਤਾਂ ਕੋਈ ਫਰਕ ਨਹੀਂ ਰਿਹਾ ਜਾਂ ਥਾਣੇ 'ਚ ਕੋਈ ਫਰਕ ਨਹੀਂ ਰਿਹਾ, ਘਰ ਥਾਣੇ 'ਚ ਫਿਰ ਤਾਂ ਹੀ ਕ੍ਰਾਈਮ ਵਧਣਗੇ, ਘਟਦੇ ਨਹੀਂ ਹੈਗੇ। ਇਹਨਾਂ ਨੂੰ ਮੁਰਜਮਾਂ ਦੀ ਤਰ੍ਹਾਂ ਇਹਨਾਂ ਦੇ ਨਾਲ ਟ੍ਰੀਟ ਕੀਤਾ ਜਾਵੇ, ਬਸ ਸਾਡੀ ਉਹ ਪ੍ਰਸ਼ਾਸਨ ਤੋਂ ਮੰਗ। ਠੀਕ ਹੈ।